ਸਿਆਸੀ ਡੇਰਾ ਤੇ ਖੁਸ਼ ਆਮਦੇਦ ਇਮਰਾਨ ਖਾਨ ਸਾਹਿਬ ਤੁਸੀਂ ਖੋਖਰ ਬਰਾਦਰਾਂ ਦਾ ਘਰ ਜਿਹੜਾ ਉਹ ਤੇ ਗਰਾ ਦਿੱਤਾ ਤੇ ਹਜ਼ੂਰ ਤੁਹਾਡਾ ਜਿਹੜਾ ਬਣੀ ਗਾਲਾ ਵਾਲਾ ਕੋਠ ਹੈ ਉਹ ਸਿਰੇ ਤੋਂ ਹੀ ਨਜਾਇਜ਼ ਹੈ ਉਹਦੇ ਵਾਸਤੇ ਹਾਸਲ ਕੀਤੀ ਗਈ ਜ਼ਮੀਨ ਜਿਹੜੀ ਏ ਉਹ ਨਜਾਇਜ਼ ਉਹਦੇ ਵਾਸਤੇ ਹਾਸਲ ਕੀਤਾ ਗਿਆ ਫੰਡ ਜਿਹੜਾ ਪੈਸਾ ਉਹ ਨਜਾਇਜ਼ ਜਿਸ ਜਗ੍ਹਾ ਦੇ ਉੱਤੇ ਉਹ ਬਣਾਇਆ ਗਿਆ ਉਹ ਜਗ੍ਹਾ ਨਜਾਇਜ਼ ਜਿਹੜੀ ਉਹਦੇ ਅੰਦਰ ਕੰਸਟਰਕਸ਼ਨ ਹੋਈ ਏ ਉਹਦੇ ਜ਼ਰਾਏ ਨਜਾਇਜ਼ ਔਰ ਜਿਹੜੇ ਲੋਕ ਉਹਦੇ ਅੰਦਰ ਰਹਿੰਦੇ ਨੇ ਔਰ ਖਾਂਦੇ ਪੀਂਦੇ ਨੇ ਉਹ ਸਾਰਾ ਧੰਦਾ ਨਜਾਇਜ਼ ਤੁਹਾਡੇ ਬਣੀ ਗੱਲਾਂ ਵਾਲੇ ਕੋਠੇ ਦੀ ਰਜਿਸਟਰੀ ਸਿਰੇ ਤੋਂ ਹੀ ਨਜਾਇਜ਼ ਉਹਦੇ ਕਾਗਜ਼ਾਤ ਬਿਲਕੁਲ ਨਜਾਇਜ਼ ਉਸ ਤੋਂ ਬਾਅਦ ਅੱਗੇ ਤੁਰੋ ਉਹਦੇ ਵਿੱਚ ਜਿਹੜਾ ਤੁਹਾਡਾ ਖਾਣ ਪੀਣ ਮਹਿਫਲਾ ਸਾਰਾ ਧੰਦਾ ਜਿਹੜਾ ਹੁੰਦਾ ਉਹ ਸਾਰਾ ਧੰਦਾ ਹੀ ਨਜਾਇਜ਼ ਤੇ ਖਾਸ ਕਰਕੇ ਤੁਸੀਂ ਪੈਸੇ ਦੇ ਕੇ ਸੁਪਰੀਮ ਕੋਰਟ ਤੋਂ ਸਾਖਬ ਨਿਸਾਰ ਕੋਲੋਂ ਆਪਣਾ ਘਰ ਜਿਹੜਾ ਨਜਾਇਜ਼ੇ ਸਿਰੇ ਤੋਂ ਜਿੱਦੀ ਇੱਕ ਇੱਕ ਚੀਜ਼ ਇੱਕ ਇੱਕ ਇੱਟ ਜਿਹੜੀ ਹੈ ਉਹ ਨਜਾਇਜ਼ ਹੈ ਉਹ ਤੁਸੀਂ ਜਿਹੜਾ ਉਹ ਰੈਗੂਲਰਾਈਜ਼ ਕਰਾ ਲਿਆ ਪੈਸੇ ਦੇ ਕੇ ਲੇਕਿਨ ਤੁਸੀਂ ਆਪਣੇ ਮੁਖਾਲਫੀਨ ਦੇ ਘਰਾਂ ਨੂੰ ਆਪਣੇ ਮੁਖਾਲਫੀਨ ਦੇ ਜਿਹੜੇ ਫੈਮਿਲੀ ਹੋਮਸ ਨੇ ਉਹਨਾਂ ਨੂੰ ਤੁਸੀਂ ਗਰਾ ਰਹੇ ਹੋ ਕਿਉਂਕਿ ਤੁਹਾਨੂੰ ਉਹ ਚੁੱਪ ਦੇਣਾ ਤੇ ਖਾਨ ਸਾਹਿਬ ਉਹ ਇਨਸਾਫ ਕਿੱਥੇ ਗਿਆ ਮਤਲਬ ਕਿ ਆਪਣੀ ਤੁਹਾਡੀ ਹਰ ਚੀਜ਼ ਨਜਾਇਜ਼ ਉਸ ਘਰ ਦੇ ਬਣੀ ਗੱਲਾਂ ਦੇ ਕੋਠੇ ਤੇ ਲੱਗਣ ਵਾਲਾ ਸਾਰਾ ਫੰਡ ਨਜਾਇਜ਼ ਬਿਲਕੁਲ ਟਕੇ ਟੋਕਰੀ ਦੀ ਤਰ੍ਹਾਂ ਨਜਾਇਜ਼ ਉਸ ਘਰ ਦੀ ਰਜਿਸਟਰੀ ਨਜਾਇਜ਼ ਉਸ ਘਰ ਦਾ ਇੰਤਕਾਲ ਹੀ ਕੋਈ ਨਹੀਂ ਉਸ ਘਰ ਦਾ ਇਜਾਜ਼ਤਨਾਮਾ ਹੀ ਕੋਈ ਨਹੀਂ ਤੇ ਖਾਨ ਸਾਹਿਬ ਉਹ ਸਾਰਾ ਕੁਝ ਤੁਸੀਂ ਜਾਇਜ਼ ਕਰਾ ਲਿਆ ਔਰ ਗਰੀਬਾਂ ਦੇ ਘਰ ਤੁਸੀਂ ਜਿਹੜੇ ਉਹ ਟਾਰ ਰਹੇ ਹੋ ਇਹ ਕਿੰਨੀ ਸ਼ਰਮਿੰਦਗੀ ਹੈ ਇਹ ਨਵਾਂ ਪਾਕਿਸਤਾਨ ਹੈ ਕਿਹਾ ਇਹ ਇਨਸਾਫ ਹੈ ਕਿਹਾ ਇਹ ਤੁਹਾਡਾ ਨਾਰਾ ਸੀ ਕਿ ਮੈਂ ਜਦੋਂ ਆਵਾਂਗਾ ਤੇ ਸਭ ਤੋਂ ਪਹਿਲੇ ਮੇਰਾ ਜਿਹੜਾ ਉਹ ਹਿਸਾਬ ਕਰਾ ਜੇ ਕਿਹਾ ਇਹ ਤੁਹਾਡਾ ਇਤਸਾਬ ਹੋ ਗਿਆ ਭਾਈ ਆਪਣੀ ਹਰ ਚੀਜ਼ ਨਜਾਇਜ਼ ਜਿਹੜੀ ਹੈ ਉਹ ਪੈਸੇ ਦੇ ਕੇ ਜਾਇਜ਼ ਕਰਾ ਲਈਏ ਔਰ ਲੋਕਾਂ ਦੇ ਜਿਹੜੇ ਜਾਇਜ਼ਕਰ ਨੇ ਉਹ ਤੁਸੀਂ ਜਿਹੜਾ ਉਹ ਗਰਾਂਦੇ ਹੋ ਪਾ ਕਿਉਂਕਿ ਤੁਹਾਨੂੰ ਉਹ ਲੋਕ ਪਸੰਦ ਨਹੀਂ ਤੁਹਾਨੂੰ ਉਹ ਲੋਕ ਚੁੱਪਦੇ ਨੇ ਤੁਹਾਨੂੰ ਉਹ ਲੋਕ ਤਕਲੀਫ ਜਿਹੜੀ ਉਹਨਾਂ ਦੀ ਹੁੰਦੀ ਹੈ ਕਿਉਂਕਿ ਉਹ ਨਿਵਾਸ਼ ਸ਼ਰੀਫ ਦੇ ਨਾਲ ਨੇ ਤੇ ਹਜ਼ੂਰ ਅਸੀਂ ਖੋਖਰ ਬਰਾਦਰਾਂ ਦੇ ਨਾਲ ਸਾਡੀ ਹਮਦਰਦੀ ਉਹਨਾਂ ਦੇ ਨਾਲ ਇਹ ਜ਼ਿਆਤੀ ਹੋਈ ਹੈ ਔਰ ਅਸੀਂ ਦੁਆ ਕਰਨੇ ਆ ਕਿ ਇੱਕ ਦਿਨ ਇਸ ਨਜਾਇਜ਼ ਕੋਠੇ ਦਾ ਵੀ ਭਾਂਡਾ ਫੁੱਟੇਗਾ ਔਰ ਇਹ ਜਿਹੜਾ ਬਣੀ ਗੱਲਾ ਦਾ ਨਜਾਇਜ਼ ਕੁੱਟ ਹੈ ਇਹ ਵੀ ਇਨਸ਼ਾ ਅੱਲਾਹ ਤਾਲਾ ਇੱਕ ਦਿਨ ਡਵੇਗਾ ਔਰ ਇਹਦੇ ਵਿੱਚੋਂ ਵੀ ਜਿਹੜੀ ਗਲਾਜ਼ਤ ਜ਼ਲਾਲਤ ਦੀਆਂ ਇੱਟਾਂ ਨੇ ਉਹ ਡਿੱਗਣਗੀਆਂ ਤੇ ਫਿਰ ਤਬਦੀਲੀ ਦਾ ਮਜ਼ਾ ਆਏਗਾ ਤੇ ਖਾਨ ਸਾਹਿਬ ਤੁਸੀਂ ਉਸ ਦਿਨ ਨੂੰ ਹੁਣ ਯਾਦ ਰੱਖੋ ਕਿ ਜਿਸ ਦਿਨ ਤੁਹਾਡਾ ਇਹ ਨਜਾਇਜ਼ ਬਣੀ ਗਵਲਾ ਦਾ ਕੋਠਾ ਇਨਸ਼ਾਅੱਲਾ ਤਾਲਾ ਡਿੱਗੇਗਾ ਕਿਉਂਕਿ ਦਿਹਰ ਹੈ ਹਨਹੇਰ ਨਹੀਂ ਜੋ ਕਰੋਗੇ ਉਹ ਭਰੋਗੇ ਥੈਂਕ ਯੂ ਵੈਰੀ ਮੱਚ